सत श्री अकाल दोस्तों, मैं तुहाडा अपना अमरदीप सिंहपुरी आ। जिवें तुहानू मैं वख वख पिंडां च जा के बजुर्गां नाल मिलाउणा आ, ते अज मेरे नाल बजुर्ग राम आसरा जी पिंड पचरंगा विच। इन्हां तों 47 तों पहलां दीआं कुछ गल्लां बातां, कुछ यादां आपां इन्हां दे नाल तुहाडे सामू करांगे, सांझियां करांगे, क्योंकि बजुर्गां कोल काफ़ी खजाना हुंदा आ। तो ये खजाने नूं असीं सांभण दा इक उपराला कीता आ तां जो कुछ गल्लां असीं सीख सकीए, क्योंकि जो गल्लां बजुर्गां कोल हुंदियां आपां नूं गूगल तों भी सीखण नूं नहीं मिलणगियां। तो बजुर्गां ने सदा बैठे भी नहीं रहना, आपां भी उम्र दे हिसाब नाल चले जाणा, पर जो यादां आ, जो उहनां कोल खजाना आ, जो सिख्या आ, वह आपां इक सांभण दा उपराला कर रहे हैं। तो 47 तों पहलां दीआं कुछ गल्लां बातां ते इहनां दे जीवन बारे तुहाडे नाल अज जानकारी सांझी करांगे। ਤੁਹਾਡਾ ਜਨਮ 1940 ਦੇ ਲਗਭਗ ਰਹਾ? 40 ਠੀਕ ਹੈ। ਤੇ ਜਦੋਂ 47 ਵੇਲੇ ਪਿੰਡ ਇਸ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਸੀ, ਹਾਂਜੀ, ਤੇ ਮੁਸਲਮਾਨ ਪਰਿਵਾਰ ਵੀ ਰਹਿੰਦੇ ਹੋਣਗੇ? ਹਾਂਜੀ ਹਾਂਜੀ। ਤੇ ਕਿੰਨੇ ਕੋ ਨਾਂ ਪਤਾ, ਇੱਕ ਦੋ ਨਾਂ ਤੁਹਾਨੂੰ ਯਾਦ ਹੋਣ? ਨਾਂ ਨਹੀਂ ਯਾਦ ਹੈਗਾ, ਤੇ ਕਈ ਵਾਲਾ ਪਤਾ, ਕਈ ਆ ਕਰਦੇ ਲੰਬਾ ਦਾ ਕਰਦੇ। ਅੱਛਾ, ਦਾਦਾ ਕਰਦੇ, ਕਈ ਕਰਦੇ, ਕਈ ਉਹੀ ਘਰ ਪੱਕਾ ਹੁੰਦਾ ਸੀ, ਕਿਲਾ ਨਾ ਕੱਚਾ, ਕੱਚੇ ਮਕਾ, ਕੱਚੇ ਮਕਾ, ਥੋੜਾ ਬਾਕੀਆਂ ਨਾਲੋਂ ਪਿੰਡ ਨਾਲੋਂ ਵਧੀਆ ਹੋਊਗਾ ਥੋੜਾ? ਨਾ ਨਾ, ਕੱਚਾ ਹੀ, ਕੱਚਾ ਹੀ ਸੀਗਾ। ਤੇ ਪਿੰਡ ਦੀਆਂ ਗਲੀਆਂ ਨਾਲੀਆਂ ਸਭ ਕੱਚਾ ਹੀ ਸੀ? ਕੱਚਾ, ਸਭ ਕੱਚਾ, ਸਭ ਕੱਚਾ ਸੀ। ਹਾਂ, ਤੇ ਤੁਸੀਂ ਸਕੂਲ ਕਿੱਥੇ ਸੀ? ਇੱਥੇ ਲਾਗੇ ਪਚਰੰਗੇ ਸਕੂਲ ਸੀ? ਪਚਰੰਗੇ ਨਹੀਂ, ਨਾ ਘੋੜਾ ਬਾਈ, ਘੋੜਾ ਬਾਈ, ਘੋੜਾ ਬਾਈ ਪ੍ਰਾਇਮਰੀ ਸਕੂਲ। ਉਹ ਕਿਹੜੀ ਕਲਾਸ 'ਚ ਪੜ੍ਹੇ ਸੀ ਉੱਥੇ? ਮੈਂ ਕੱਚੀ ਪੜ੍ਹਿਆ। ਕੱਚੀ ਪੜ੍ਹੇ ਉੱਥੇ ਸੀ, ਫਿਰ ਉਦੋਂ ਬਾਅਦ ਵਿੱਚ ਕਿਹੜੇ ਪਿੰਡ 'ਚ ਤੁਹਾਨੂੰ ਜਾਣਾ ਪਿਆ? ਭੋਪਰ ਪੜ੍ਹੇ, ਭੋਪਰ 51 ਜਾਂ 51 'ਚ ਭੋਪਰ ਚਲ ਗਿਆ ਸੀ ਆਜ਼ਾਦੀ ਤੋਂ ਬਾਅਦ ਵਿੱਚ। ਹਾਂਜੀ, ਚੌਥੀ ਤੱਕ, ਚੌਥੀ ਤੱਕ। ਅਤੇ ਸਕੂਲ ਜਿਹੜਾ ਭੋਪਰ ਜਾਣਾ ਪੈਂਦਾ, ਭੋਪਰ ਸ਼ਹਿਰ ਉਸ ਵੇਲੇ ਕਿੱਦਾਂ ਦਾ ਸੀਗਾ? ਥੋੜ੍ਹਾ ਜਿਹਾ, ਦੋ ਤਿੰਨ ਦੁਕਾਨਾਂ ਸਾਡੇ 'ਚ। ਅੱਛਾ ਜੀ। ਇੱਧਰ ਲਿੰਚ ਬੱਸ ਗਏ ਦੋ ਆਪਣੇ ਸਰਦਾਰਾਂ ਦੀਆਂ। ਅੱਛਾ ਜੀ। ਅਤੇ ਇੱਕ ਸੀ ਆਪਣੇ ਸੋਢਾ ਪਰਦੀ, ਡੱਲੀਆਂ ਲੜੋਈ ਵਾਲੇ ਦੀ। ਅੱਛਾ ਅੱਛਾ ਜੀ, ਸੋਢਾ ਪਰਦੇ ਹੁੰਦੇ ਉਹ। ਠੀਕ ਹੈ। ਅਤੇ ਲਾਗਲੇ ਪਿੰਡ, ਜਿਹੜੇ ਲਾਗਲੇ ਪਿੰਡਾਂ ਦੇ ਵਿੱਚ ਹੋਰ ਜਿਹੜੇ ਪਿੰਡ ਆਸੇ ਪਾਸੇ ਸੀਗੇ, ਉਹਨਾਂ ਦੇ ਹਾਲਾਤ ਕਿਹੋ ਜਿਹੇ ਸੀ ਉਸ ਵੇਲੇ? ਇਹ ਦੱਲਾ ਵੀ ਸੀਗਾ, ਦੱਲੀ ਦੱਲਾ ਅਤੇ ਲੜੋਈ ਲੋਹਾ ਪਾਸੇ। ਅੱਛਾ ਜੀ। ਅਤੇ ਪਿੰਡ ਦੇ ਵਿੱਚ ਉਹਨਾਂ ਟਾਈਮਾਂ 'ਚ ਜਿਵੇਂ ਜੈਲਦਾਰ ਹੁੰਦੇ ਸੀ, ਜੈਲਦਾਰ ਲਾਗੇ ਕਿਹੜੇ ਪਿੰਡ 'ਚ ਸੀਗਾ? ਕੋਈ ਲਾਗਲੇ ਪਿੰਡ 'ਚ ਜੈਲਦਾਰ? ਮੈਨੂੰ ਪਤਾ ਨਹੀਂ, ਕੋਈ ਯਾਦ ਨਹੀਂ ਤੁਹਾਨੂੰ? ਜੈਲਦਾਰ ਦਾ ਨਹੀਂ ਯਾਦ। ਅਤੇ ਜਿਵੇਂ ਤੁਸੀਂ ਕਿਹੜੇ ਡਿਪਾਰਟਮੈਂਟ 'ਚ ਨੌਕਰੀ ਕੀਤੀ ਹੈ? ਆਰਪੀਐਫ 'ਚ। ਆਰਪੀਐਫ 'ਚ ਜ਼ਿਲ੍ਹਾ ਪ੍ਰੋਟੈਕਸ਼ਨ ਫੋਰਸ। ਠੀਕ ਆ। ਅਤੇ ਉਸ ਵੇਲੇ ਉਸ, ਠੀਕ ਆ। ਅਤੇ ਜਿਵੇਂ ਤੁਸੀਂ ਘੋੜਾ ਬਾਈ ਸਕੂਲ ਦੀ ਗੱਲ ਦੱਸ ਰਹੇ ਸੀ, ਅਤੇ ਘੋੜਾ ਬਾਈ ਉੱਥੇ ਮਾਸਟਰ ਦਾ ਕੋਈ ਨਾਂ ਦੱਸ ਰਹੇ ਸੀ ਤੁਸੀਂ ਪਹਿਲਾਂ ਆਪਾਂ ਜਦੋਂ ਗੱਲਬਾਤ ਕਰ ਰਹੇ? ਭਾਗਵਾਲ ਦੇ ਪਹਿਲੀ ਦੂਜੀ ਤੀਜੀ ਕਲਾਸ ਪੜ੍ਹਾਏ ਹੋ। ਕੀ ਨਾਂ ਸੀ ਉਹਨਾਂ ਦਾ? ਭਾਗਵਾਲ, ਭਾਗਵਾਲ ਆਪਾਂ ਸ਼ਾਮ 84 ਦਾ, ਸ਼ਾਮ 84 ਦਾ ਸੀ। ਅਤੇ ਦਮੇ ਗਾਣਾ ਦੂਜਾ ਉਮਾ ਮਾਸਟਰ ਪੰਜਵੀਂ ਚੌਥੀ ਪੜ੍ਹਾਉਂਦਾ ਸੀ। ਅੱਛਾ ਜੀ, ਤੀਜੇ ਉਸ ਨੂੰ। ਠੀਕ ਹੈ। ਅਤੇ ਲਾਗਲੇ ਪਿੰਡਾਂ 'ਚ ਜਿਵੇਂ ਤੁਸੀਂ ਹੁਣੇ ਨਾਂ ਰਹੇ ਸੀ, ਪਿੰਡਾਂ ਦੇ ਨਾਂ ਰਹੇ ਸੀ, ਲਾਗਲੇ ਪਿੰਡ ਕਿਹੜੇ ਕਿਹੜੇ ਸੀ ਅਤੇ ਉਹਨਾਂ ਦੇ ਹਾਲਾਤ ਕਿਹੋ ਜਿਹੇ ਸੀ ਉੱਥੇ? ਘੋੜਾ ਬਾਈ, ਘੋੜਾ ਬਾਈ, ਅਤੇ ਹੋਰ ਕਿਹੜਾ ਸੀ ਇੱਧਰ ਆਪਣੇ ਡੱਲਾ ਡੱਲੀ, ਇਹ ਪਿੰਡ ਕਿਹੋ ਜਿਹੇ ਸੀ ਉਸ ਵੇਲੇ? ਇੱਧਰ ਸੀ, ਕੱਚੇ ਪੱਕੇ ਸੀ। ਅੱਛਾ ਜੀ, ਕੱਚੇ ਪੱਕੇ ਵਾਲੇ ਪਿੰਡ। ਠੀਕ। ਮੁਸਲਮਾਨਵਾਦੀ ਕਿਹੜੇ ਪਿੰਡਾਂ 'ਚ ਜ਼ਿਆਦਾ ਸੀ ਇੱਥੇ ਲੱਗੇ? ਜਿੱਦਾਂ ਤੁਸੀਂ ਕਹਿੰਦੇ ਇੱਕ ਘਰ, ਸਾਰੇ ਸਾਰਾ ਪਿੰਡ ਪੂਰਾ ਸਾਰੇ ਮੁਸਲਮਾਨ ਕੱਥੇ ਕਰਦੇ ਲੋਕ ਇੱਥੇ? ਅੱਛਾ ਜੀ, ਧਰਮੇ ਦਾ ਹਰੀਏ ਦਾ। ਅੱਛਾ ਜੀ, ਦੋ ਦਾ ਭਰਾ ਤੁਹਾਨੂੰ ਇਹ ਸੀ ਪਿੱਛੋਂ ਆਪਣੇ ਬਸੀ ਤੋਂ। ਅੱਛਾ, ਬਸੀ ਤੋਂ ਆਏ ਨਾਨਕੇ ਮੁਸਲਵਾਦ ਇਹਨਾਂ ਦੇ। ਅੱਛਾ, ਮੁਚਰੂਵਾਲ ਨਾਨਕੇ ਸੀ ਇਹਨਾਂ ਦੇ। ਮੁਚਰੋਵਾਲ ਦੇ ਵਿੱਚ ਆਏ ਨਾ? ਨਹੀਂ ਸਟੇਸ਼ਨ ਪਹਿਲਾਂ ਮੈਂ ਦੇਖਿਆ ਡੇ, ਪਹਿਲਾਂ ਦੇਖਿਆ ਡੇਸ਼ਨ। ਅੱਛਾ, ਮੁਚਰੋਵਾਲ ਲੱਗਦੀ। ਬਣਾਇਆ ਬਹੁਤ ਤੁਸੀਂ ਦੇਖ ਨਹੀਂ ਰਹੇ ਕਿ ਅੱਜ ਕੱਲ੍ਹ ਲੋਕਾਂ ਦੇ ਵਿੱਚ ਇਹ ਭਾਵਨਾ ਘੱਟ ਗਈ, ਕੋਈ ਮਤਲਬ ਕੋਈ ਵੀ ਅਦਾਰਾ ਆ ਉਹਨੂੰ ਬਚਾਉਣ ਲਈ ਜਾਂ ਕਿਸੇ ਵੀ ਕੰਮ ਲਈ? ਅੱਜ ਕੱਲ੍ਹ ਲੋਕ ਇਹੋ ਜਿਹਾ ਰੁਝਾਨ ਨਹੀਂ, ਕਿ ਲੋਕ ਆਪਣੇ ਕੰਮ ਪ੍ਰਤੀ ਆਪਣੇ ਜ਼ਿਆਦਾ ਪੰਜਾਹ 51 ਫਿਰ ਸਲਾਹ ਬੜੀ ਸਲਾਹ ਅੰਡੇ ਮਾਰਦੇ, ਫਿਰ ਬੱਚੇ ਕੱਢਦੇ ਸਲਾਹ ਅੰਡੇ ਕੱਢਦੇ,
ਉਹ ਮਾਹੌਲ ਵਧੀਆ ਸੀਗਾ, ਅੱਜ ਦਾ ਟਾਈਮ ਚੰਗਾ ਆ, ਜਦੋਂ ਉਸ ਟਾਈਮ ਦੇ ਵਿੱਚ ਤੁਸੀਂ ਵਧੀਆ ਬੰਦੇ ਸੀਗਾ, ਅੱਜ ਕੱਲ੍ਹ ਬੰਦੇ ਵਧੀਆ ਜ਼ਿਆਦਾ ਇਨਸਾਨੀਅਤ ਘੱਟਦੀ ਨਹੀਂ ਜਾ ਰਹੇ? ਨਹੀਂ ਨਹੀਂ ਇਨਸਾਨੀਅਤ ਵੱਧਦੀ ਜਾਏਗਾ, ਵੱਧਦੀ। ਹਾਂਜੀ ਸਮਾਜਿਕ ਤੌਰ ਤੇ ਇੱਕ ਦੂਜੇ ਦੀ ਹੈਲਪ ਲਈ ਜ਼ਿਆਦਾ ਮਦਦ ਕਰਦੇ ਸੀ। ਸਾਡੇ ਪਿੰਡ ਦੋ ਕੁੜੀਆਂ ਮਰ ਗਈਆਂ, ਡੱਲਾ ਦਰਾਵਾਂ ਪਿੰਡ ਪੜ੍ਹਦੇ ਸਾਰਾ, ਉਹ ਦੋ ਕੁੜੀਆਂ ਬਚ ਕੇ ਗਏ ਇੱਥੇ, ਉਹ ਰੌਲਾ ਪਾ ਦਿੱਤਾ ਮੁਸਲਮਾਨਾਂ ਦੇ ਟਾਈਮ ਤੇ। ਹਾਂ ਬਾਕੀ ਇਹ ਸਨ ਰਾਮ ਆਸਰਾ ਜੀ, ਤੇ ਇਹਨਾਂ ਨੇ ਸਾਡੇ ਨਾਲ ਉਸ 47 ਵੇਲੇ ਨੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ, ਪਰ ਉਮਰ ਜ਼ਿਆਦਾ ਹੋਣ ਕਰਕੇ ਯਾਦ ਸ਼ਕਤੀ ਵੀ ਕੁਛ ਕਮਜ਼ੋਰ ਹੋ ਚੁੱਕੀ ਹੈ, ਅਤੇ ਫਿਰ ਵੀ ਜੋ ਇਹਨਾਂ ਨੇ ਆਪਣੀਆਂ ਯਾਦਾਂ ਸਮੋਈਆਂ ਹੋਈਆਂ ਸਨ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ, ਅਤੇ ਕਾਫੀ ਕੁਛ ਅਸੀਂ ਜਿਹੜੀਆਂ ਚੀਜ਼ਾਂ ਸਾਂਭੀਆਂ, ਅਤੇ ਇਹ ਸਾਡੇ ਆਉਣ ਵਾਲੇ ਟਾਈਮ ਲਈ ਸਾਡੇ ਕੰਮ ਆਉਣਗੀਆਂ, ਕਿਉਂਕਿ ਇਹ ਗੱਲਾਂ ਨਾ ਤਾਂ ਸਾਨੂੰ ਪਤਾ ਸੀ ਅਤੇ ਨਾ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਣਗੀਆਂ, ਪਰ ਇਹ ਵੀਡੀਓ ਸਦਾ ਲਈ ਇਹ ਜਾਣਕਾਰੀ ਤੁਹਾਡੇ ਤੀਕਰ ਲੈ ਕੇ ਆਉਂਦੀ ਰਹੇਗੀ। ਸੋ ਅੱਜ ਲਈ ਇੰਨਾ ਹੀ, ਮਿਲਦੇ ਹਾਂ ਕਿਸੇ ਹੋਰ ਬਜ਼ੁਰਗ ਅਤੇ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ। ਜੇ ਤੁਸੀਂ ਸਾਡਾ ਯੂਟਿਊਬ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਜੋ ਸਾਡੀਆਂ ਲੇਟੈਸਟ ਵੀਡੀਓ, ਸ਼ਾਇਰੀ, ਇੰਟਰਵਿਊ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ, ਅਤੇ ਨਾਲ ਬੈੱਲ ਆਈਕੋਨ ਨੂੰ ਜ਼ਰੂਰ ਕਲਿੱਕ ਕਰੋ। ਧੰਨਵਾਦ।